उस टाइम जब इसने बयान दिया था, ये बैठे थे वहां पे, मेरी मां बैठी थी उस टाइम जब इसने बयान दिया था। ਤਾਂ ਕੰਗਨਾ ਦੇ ਨਾਲ ਜਸਬੀਰ ਜੱਸੀ ਜੋ ਕਿ ਪੰਜਾਬੀ ਗਾਇਕ ਨੇ ਸਿੱਧੇ ਹੋ ਗਏ ਨੇ ਟਵੀਟ ਕਰਕੇ ਕਿਹਾ ਹੈ ਕਿ ਬੀਬੀ ਥੱਪੜ ਅੱਤਵਾਦ ਥੋੜ੍ਹੀ ਨਾ ਹੁੰਦਾ, ਜ਼ਿੰਮੇਵਾਰੀ ਵੱਡੀ ਏ, ਅਜੇ ਵੀ ਸੋਚ ਕੇ ਬੋਲ। ਜਸਬੀਰ ਜੱਸੀ ਦੇ ਕਹਿਣ ਦਾ ਭਾਅ ਇਹ ਹੈ ਕਿ ਪਹਿਲਾਂ ਵੀ ਕੰਗਨਾ ਦੇ ਵੱਲੋਂ ਕੁਝ ਟਵੀਟ ਇਹੋ ਜਿਹੇ ਕੀਤੇ ਗਏ ਨੇ ਜਿਸ ਨੂੰ ਲੈ ਕੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਟਵੀਟ ਕੀਤੇ ਸੀ, ਜਿਨ੍ਹਾਂ ਦੀ ਟਵੀਟ ਵਾਰ ਵੀ ਚੱਲੀ। ਅਤੇ ਹੁਣ ਜਸਬੀਰ ਜੱਸੀ ਨੇ ਕੰਗਨਾ ਨੂੰ ਰਿਪਲਾਈ ਕੀਤਾ ਹੈ। ਜਸਬੀਰ ਜੱਸੀ ਲਿਖਦੇ ਨੇ ਕਿ ਬੀਬੀ ਥੱਪੜ ਅੱਤਵਾਦ ਥੋੜ੍ਹੀ ਹੁੰਦਾ, ਜ਼ਿੰਮੇਦਾਰੀ ਵੱਡੀ ਹੈ, ਅਜੇ ਵੀ ਸੋਚ ਕੇ ਬੋਲ। ਤਾਂ ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਜੋ ਕਿ ਚੰਡੀਗੜ੍ਹ ਏਅਰਪੋਰਟ 'ਤੇ ਆਏ, CISF ਦੀ ਮਹਿਲਾ ਮੁਲਾਜ਼ਮ ਜਿਸਦਾ ਨਾਮ ਕੁਲਵਿੰਦਰ ਕੌਰ ਹੈ, ਉਸਦੇ ਵੱਲੋਂ ਜਿਹੜੇ ਕੰਗਨਾ ਰਣੌਤ ਨੇ BJP ਦੇ MP ਨੇ, ਉਹਨਾਂ ਦੇ ਥੱਪੜ ਜੜ ਦਿੱਤਾ ਗਿਆ। ਕਿਸਾਨੀ ਅੰਦੋਲਨ ਵੇਲੇ ਕੰਗਨਾ ਰਣੌਤ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਪ੍ਰੋਟੈਸਟ ਕਰ ਰਹੀਆਂ ਬੀਬੀਆਂ ਨੂੰ 100-100 ਰੁਪਏ ਵਾਲੀ ਦੱਸਿਆ ਗਿਆ ਸੀ ਕੰਗਨਾ ਰਣੌਤ ਦੇ ਵੱਲੋਂ, ਜਿਸ ਤੋਂ ਬਾਅਦ ਕਾਫੀ ਟਵੀਟ ਵਾਰ ਚੱਲੀ। ਅਤੇ ਹੁਣ ਉਸੇ ਗੱਲ ਨੂੰ ਲੈ ਕੇ CISF ਦੀ ਮਹਿਲਾ ਮੁਲਾਜ਼ਮ ਕੈਮਰੇ ਮੂਹਰੇ ਕਹਿੰਦੀ ਨਜ਼ਰ ਆਈ ਹੈ ਕਿ ਇਸਨੇ ਮੇਰੀ ਮਾਂ ਵਰਗੀਆਂ ਬੀਬੀਆਂ ਨੂੰ, ਅਤੇ ਮੇਰੀ ਮਾਂ ਵੀ ਉੱਥੇ ਕਿਸਾਨੀ ਅੰਦੋਲਨ 'ਚ ਬੈਠੀ ਸੀ, ਜਿਨ੍ਹਾਂ ਨੂੰ ਇਸਨੇ 100-100 ਵਾਲੀ ਕਿਹਾ ਸੀ। ਤਾਂ ਉਸੇ ਗੱਲ ਨੂੰ ਲੈ ਕੇ ਕੁਲਵਿੰਦਰ ਕੌਰ ਨੇ ਥੱਪੜ ਜੜਿਆ, ਜਿਸ ਤੋਂ ਬਾਅਦ ਕੰਗਨਾ ਰਣੌਤ ਲਾਈਵ ਹੁੰਦੇ ਨੇ, ਲਾਈਵ ਹੋ ਕੇ ਕਹਿੰਦੇ ਨੇ ਕਿ ਥੱਪੜ ਦੀ ਗੂੰਜ ਜਿਹੜੀ ਆ ਬਹੁਤ ਦੂਰ ਤੱਕ ਜਾਵੇਗੀ, ਘਟਨਾ ਤੋਂ ਬਾਅਦ ਮੈਂ ਠੀਕ ਹਾਂ। ਅਤੇ ਉਹਨਾਂ ਨੇ ਟਵੀਟ ਕਰਦੇ ਹੋਏ ਵੀਡੀਓ ਪਾਉਂਦੇ ਹੋਏ ਇਹ ਵੀ ਲਿਖਿਆ ਕਿ ਟੈਰਰ ਸਟੇਟ ਇਨ ਪੰਜਾਬ, ਟੈਰਰ ਪੰਜਾਬ, ਟੈਰਰ ਦੇ ਨਾਲ ਪੰਜਾਬ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਤਾਂ ਅੱਗੋਂ ਪੰਜਾਬ ਦੇ ਗਾਇਕ, ਵੱਡੇ ਪ੍ਰਸਿੱਧ ਗਾਇਕ CM ਮਾਨ ਦੇ ਬਹੁਤ ਨੇੜਲੇ ਮਿੱਤਰ ਜਸਬੀਰ ਜੱਸੀ ਦੇ ਵੱਲੋਂ ਇੱਕ ਟਵੀਟ ਕਰ ਦਿੱਤਾ ਗਿਆ ਜਿਸ ਦੇ ਵਿੱਚ ਲਿਖਦੇ ਨੇ ਬੀਬੀ ਥੱਪੜ ਅੱਤਵਾਦ ਥੋੜ੍ਹੀ ਨਾ ਹੁੰਦਾ, ਜ਼ਿੰਮੇਵਾਰੀ ਵੱਡੀ ਹੈ, ਅਜੇ ਵੀ ਸੋਚ ਕੇ ਬੋਲ। ਤਾਂ ਜਸਬੀਰ ਜੱਸੀ ਆ ਗਏ ਨੇ, ਹੁਣ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈ, ਕੰਗਨਾ ਰਣੌਤ ਨੂੰ ਰਿਪਲਾਈ ਦਿੱਤਾ ਹੈ, ਕਿਉਂਕਿ ਕੰਗਨਾ ਰਣੌਤ ਨੇ ਟਵੀਟ ਕਰਦੇ ਹੋਏ ਪੰਜਾਬ ਨੂੰ ਅੱਤਵਾਦ ਦੇ ਨਾਲ ਸਿੱਧਾ ਸਿੱਧਾ ਜੋੜਿਆ। ਉਹਨਾਂ ਨੇ ਲਿਖਦੇ ਹੋਏ ਟੈਰਰ ਸ਼ਬਦ ਦਾ ਵੀ ਇਸਤੇਮਾਲ ਕੀਤਾ। ਹਾਲਾਂਕਿ ਜਿਹੜੀ ਘਟਨਾ ਹੋਈ ਹੈ ਉਸ 'ਤੇ ਹਲੇ ਜਾਂਚ ਹੋ ਰਹੀ ਹੈ, ਦੇਖਣਾ ਇਹ ਹੋਵੇਗਾ ਕਿ ਥੱਪੜ ਕਿਉਂ, ਕਿੱਥੇ ਅਤੇ ਕਿਵੇਂ ਵੱਜਿਆ ਸਾਰੀ ਜਿਹੜੀ ਗੱਲ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਿਸਨੇ ਜਿਹੜੀ ਕੰਗਨਾ ਰਣੌਤ ਹੈ ਉਸਦੇ ਥੱਪੜ ਜੜਿਆ, ਅਤੇ ਉਸਦੇ ਖਿਲਾਫ਼ FIR ਵੀ ਦਰਜ ਹੋ ਗਈ ਹੈ। ਹਾਲੇ ਗ੍ਰਿਫਤਾਰੀ ਦੀ ਸੂਚਨਾ ਨਹੀਂ ਆਈ ਹੈ, ਪਰ ਤੁਹਾਨੂੰ ਹੁਣ ਤੱਕ ਦੀ ਇਹੀ ਜਾਣਕਾਰੀ ਦੇ ਰਿਹਾ ਕਿ ਜਸਬੀਰ ਜੱਸੀ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ। ਤਾਂ ਕੰਗਨਾ ਦੇ ਨਾਲ ਜਸਬੀਰ ਜੱਸੀ ਜੋ ਕਿ ਪੰਜਾਬੀ ਗਾਇਕ ਨੇ ਸਿੱਧੇ ਹੋ ਗਏ ਨੇ ਟਵੀਟ ਕਰਕੇ ਕਿਹਾ ਹੈ ਕਿ ਬੀਬੀ ਥੱਪੜ ਅੱਤਵਾਦ ਥੋੜ੍ਹੀ ਨਾ ਹੁੰਦਾ, ਜ਼ਿੰਮੇਵਾਰੀ ਵੱਡੀ ਏ, ਅਜੇ ਵੀ ਸੋਚ ਕੇ ਬੋਲ। ਜਸਬੀਰ ਜੱਸੀ ਦੇ ਕਹਿਣ ਦਾ ਭਾਅ ਇਹ ਹੈ ਕਿ ਪਹਿਲਾਂ ਵੀ ਕੰਗਨਾ ਦੇ ਵੱਲੋਂ ਕੁਝ ਟਵੀਟ ਇਹੋ ਜਿਹੇ ਕੀਤੇ ਗਏ ਨੇ ਜਿਸ ਨੂੰ ਲੈ ਕੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਟਵੀਟ ਕੀਤੇ ਸੀ, ਜਿਨ੍ਹਾਂ ਦੀ ਟਵੀਟ ਵਾਰ ਵੀ ਚੱਲੀ। ਅਤੇ ਹੁਣ ਜਸਬੀਰ ਜੱਸੀ ਨੇ ਕੰਗਨਾ ਨੂੰ ਰਿਪਲਾਈ ਕੀਤਾ ਹੈ। ਜਸਬੀਰ ਜੱਸੀ ਲਿਖਦੇ ਨੇ ਕਿ ਬੀਬੀ ਥੱਪੜ ਅੱਤਵਾਦ ਥੋੜ੍ਹੀ ਹੁੰਦਾ, ਜ਼ਿੰਮੇਦਾਰੀ ਵੱਡੀ ਹੈ, ਅਜੇ ਵੀ ਸੋਚ ਕੇ ਬੋਲ। ਤਾਂ ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਜੋ ਕਿ ਚੰਡੀਗੜ੍ਹ ਏਅਰਪੋਰਟ 'ਤੇ ਆਏ, CISF ਦੀ ਮਹਿਲਾ ਮੁਲਾਜ਼ਮ ਜਿਸਦਾ ਨਾਮ ਕੁਲਵਿੰਦਰ ਕੌਰ ਹੈ, ਉਸਦੇ ਵੱਲੋਂ ਜਿਹੜੇ ਕੰਗਨਾ ਰਣੌਤ ਨੇ BJP ਦੇ MP ਨੇ, ਉਹਨਾਂ ਦੇ ਥੱਪੜ ਜੜ ਦਿੱਤਾ ਗਿਆ। ਕਿਸਾਨੀ ਅੰਦੋਲਨ ਵੇਲੇ
ਕੰਗਨਾ ਰਣੌਤ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਪ੍ਰੋਟੈਸਟ ਕਰ ਰਹੀਆਂ ਬੀਬੀਆਂ ਨੂੰ 100-100 ਰੁਪਏ ਵਾਲੀ ਦੱਸਿਆ ਗਿਆ ਸੀ ਕੰਗਨਾ ਰਣੌਤ ਦੇ ਵੱਲੋਂ, ਜਿਸ ਤੋਂ ਬਾਅਦ ਕਾਫੀ ਟਵੀਟ ਵਾਰ ਚੱਲੀ ਅਤੇ ਹੁਣ ਉਸੇ ਗੱਲ ਨੂੰ ਲੈ ਕੇ CISF ਦੀ ਮਹਿਲਾ ਮੁਲਾਜ਼ਮ ਕੈਮਰੇ ਮੂਹਰੇ ਕਹਿੰਦੀ ਨਜ਼ਰ ਆਈ ਹੈ ਕਿ ਇਸਨੇ ਮੇਰੀ ਮਾਂ ਵਰਗੀਆਂ ਬੀਬੀਆਂ ਨੂੰ ਅਤੇ ਮੇਰੀ ਮਾਂ ਵੀ ਉੱਥੇ ਕਿਸਾਨੀ ਅੰਦੋਲਨ 'ਚ ਬੈਠੀ ਸੀ ਜਿਨ੍ਹਾਂ ਨੂੰ ਇਸਨੇ 100-100 ਵਾਲੀ ਕਿਹਾ ਸੀ, ਤਾਂ ਉਸੇ ਗੱਲ ਨੂੰ ਲੈ ਕੇ ਕੁਲਵਿੰਦਰ ਕੌਰ ਨੇ ਥੱਪੜ ਜੜਿਆ, ਜਿਸ ਤੋਂ ਬਾਅਦ ਕੰਗਨਾ ਰਣੌਤ ਲਾਈਵ ਹੁੰਦੇ ਨੇ, ਲਾਈਵ ਹੋ ਕੇ ਕਹਿੰਦੇ ਨੇ ਕਿ ਥੱਪੜ ਦੀ ਗੂੰਜ ਜਿਹੜੀ ਆ ਬਹੁਤ ਦੂਰ ਤੱਕ ਜਾਵੇਗੀ, ਘਟਨਾ ਤੋਂ ਬਾਅਦ ਮੈਂ ਠੀਕ ਹਾਂ। ਅਤੇ ਉਹਨਾਂ ਨੇ ਟਵੀਟ ਕਰਦੇ ਹੋਏ ਵੀਡੀਓ ਪਾਉਂਦੇ ਹੋਏ ਇਹ ਵੀ ਲਿਖਿਆ ਕਿ ਟੈਰਰ ਸਟੇਟ ਇਨ ਪੰਜਾਬ, ਟੈਰਰ ਪੰਜਾਬ, ਟੈਰਰ ਦੇ ਨਾਲ ਪੰਜਾਬ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਤਾਂ ਅੱਗੋਂ ਪੰਜਾਬ ਦੇ ਗਾਇਕ, ਵੱਡੇ ਪ੍ਰਸਿੱਧ ਗਾਇਕ CM ਮਾਨ ਦੇ ਬਹੁਤ ਨੇੜਲੇ ਮਿੱਤਰ ਜਸਵੀਰ ਜੱਸੀ ਦੇ ਵੱਲੋਂ ਇੱਕ ਟਵੀਟ ਕਰ ਦਿੱਤਾ ਗਿਆ ਜਿਸ ਦੇ ਵਿੱਚ ਲਿਖਦੇ ਨੇ, ਬੀਬੀ ਥੱਪੜ ਅੱਤਵਾਦ ਥੋੜ੍ਹੀ ਨਾ ਹੁੰਦਾ, ਜ਼ਿੰਮੇਵਾਰੀ ਵੱਡੀ ਹੈ, ਅਜੇ ਵੀ ਸੋਚ ਕੇ ਬੋਲਦਾ। ਜਸਵੀਰ ਜੱਸੀ ਆ ਗਏ ਨੇ ਹੁਣ, ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈ। ਕੰਗਨਾ ਰਣੌਤ ਨੂੰ ਰਿਪਲਾਈ ਦਿੱਤਾ ਹੈ ਕਿਉਂਕਿ ਕੰਗਨਾ ਰਣੌਤ ਨੇ ਟਵੀਟ ਕਰਦੇ ਹੋਏ ਪੰਜਾਬ ਨੂੰ ਅੱਤਵਾਦ ਦੇ ਨਾਲ ਸਿੱਧਾ ਸਿੱਧਾ ਜੋੜਿਆ, ਉਹਨਾਂ ਨੇ ਲਿਖਦੇ ਹੋਏ ਟੈਰਰ ਸ਼ਬਦ ਦਾ ਵੀ ਇਸਤੇਮਾਲ ਕੀਤਾ। ਹਾਲਾਂਕਿ ਜਿਹੜੀ ਘਟਨਾ ਹੋਈ ਹੈ ਉਸ 'ਤੇ ਹਲੇ ਜਾਂਚ ਹੋ ਰਹੀ ਹੈ, ਦੇਖਣਾ ਇਹ ਹੋਵੇਗਾ ਕਿ ਥੱਪੜ ਕਿਉਂ, ਕਿੱਥੇ ਅਤੇ ਕਿਵੇਂ ਵੱਜਿਆ ਸਾਰੀ ਜਿਹੜੀ ਗੱਲ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਿਸਨੇ ਜਿਹੜੀ ਕੰਗਨਾ ਰਣੌਤ ਹੈ ਉਸਦੇ ਥੱਪੜ ਜੜਿਆ ਅਤੇ ਉਸਦੇ ਖਿਲਾਫ਼ FIR ਵੀ ਦਰਜ ਹੋ ਗਈ ਹੈ। ਹਾਲੇ ਗ੍ਰਿਫਤਾਰੀ ਦੀ ਸੂਚਨਾ ਨਹੀਂ ਆਈ ਹੈ, ਪਰ ਤੁਹਾਨੂੰ ਹੁਣ ਤੱਕ ਦੀ ਇਹੀ ਜਾਣਕਾਰੀ ਦੇ ਰਹੇ ਹਾਂ ਕਿ ਜਸਵੀਰ ਜੱਸੀ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ।